ਤਸਵੀਰਾਂ ਦੀ ਵੱਡੀ ਖਬਰ ਕਿਸਾਨੀ ਮੀਟਿੰਗ ਨਾਲ ਸੰਬੰਧਤ ਆ ਰਹੀ ਹੈ ਜਿੱहां ਅੱਜ ਵਿਗਿਆਨ ਭਵਨ 'ਚ ਕਿਸਾਨਾਂ ਅਤੇ ਕੇਂਦਰੀ ਮੰਤਰੀ ਪਿਊਸ਼ ਗੋਇਲ, ਨਰਿੰਦਰ ਤੋਮਰ ਅਤੇ ਹੋਰ ਅਧਿਕਾਰੀਆਂ ਵਿੱਚ ਮੀਟਿੰਗ ਹੋ ਰਹੀ ਸੀ ਇਸ ਬੈਠਕ ਤੋਂ ਕਿਸਾਨ ਹੁਣ ਬਾਹਰ ਆ ਗਏ ਹਨ ਇਸ ਵਾਰ ਵੀ ਕਿਸਾਨਾਂ ਦੀ ਮੀਟਿੰਗ ਜਿਹੜੀ ਹੈ ਬੇਸਿੱਟਾ ਹੀ ਰਹੀ ਹੈ ਇਸ ਬਾਰੇ ਜਾਣਕਾਰੀ ਜੋਗਿੰਦਰ ਸਿੰਘ ਉਗਰਾਹਵੱਲੋਂ ਦਿੱਤੀ ਗਈ ਹੈ ਜ਼ਿਕਰ ਖਾਸ ਹੈ ਕਿ ਕੇਂਦਰ ਨੇ 4 ਮੈਂਬਰੀ ਕਮੇਟੀ ਬਣਾਉਣ ਦੀ ਜਿਹੜੀ ਮੰਗ ਰੱਖੀ ਸੀ ਜਿਹੜੀ ਕਿ ਕਿਸਾਨਾਂ ਨੇ ਠੁਕਰਾ ਦਿੱਤੀ ਹੈ ਕਿਸਾਨ ਯੂਨੀਅਨ ਇਕਤਾ ਉਗਰਾਹਾ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਨੇ ਦੱਸਿਆ ਹੈ ਕਿ ਅੱਜ ਫਿਰ ਮੁਰ ਤੋਂ ਮੀਟਿੰਗ ਜਿਹੜੀ ਹੈ ਬੇਸਿੱਟਾ ਰਹੀ ਹੈ ਕੇਂਦਰ ਨੇ ਅਜੇ ਤੱਕ ਕਾਨੂੰਨ ਰੱਦ ਕਰਨ ਬਾਰੇ ਕੋਈ ਵੀ ਫੈਸਲਾ ਨਹੀਂ ਲਿਆ ਅਤੇ ਦੱਸਣਾ ਲਾਜ਼ਮੀ ਹੋ ਜਾਂਦਾ ਹੈ ਕਿ ਕੇਂਦਰੀ ਮੰਤਰੀਆਂ ਤੇ ਕਿਸਾਨਾਂ ਵਿਚਕਾਰ ਇਹ ਤੀਜੀ ਮੀਟਿੰਗ ਸੀ ਜਿਹੜੀ ਕਿ ਫਿਰ ਮੁਰ ਤੋਂ ਫੇਲ ਸਾਬਿਤ ਹੋਈ ਹੈ ਹੁਣ 3 ਤਾਰੀਖ ਨੂੰ ਇੱਕ ਵਾਰ ਫਿਰ ਮੀਟਿੰਗ ਰੱਖੀ ਗਈ ਹੈ ਅਸਵਲੇ ਦੀ ਵੱਡੀ ਖਬਰ ਕਿਸਾਨੀ ਮੀਟਿੰਗ ਨਾਲ ਸੰਬੰਧਤ ਆ ਰਹੀ ਹੈ ਜਿੱहां ਅੱਜ ਵਿਗਿਆਨ ਭਵਨ 'ਚ ਕਿਸਾਨਾਂ ਅਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨਰਿੰਦਰ ਤੋਮਰ ਅਤੇ ਹੋਰ ਅਧਿਕਾਰੀਆਂ ਵਿੱਚ ਮੀਟਿੰਗ ਹੋ ਰਹੀ ਸੀ ਇਸ ਬੈਠਕ 'ਚੋਂ ਕਿਸਾਨ ਹੁਣ ਬਾਹਰ ਆ ਗਏ ਹਨ ਇਸ ਵਾਰ ਵੀ ਕਿਸਾਨਾਂ ਦੀ ਮੀਟਿੰਗ ਜਿਹੜੀ ਹੈ ਬੇਸਿੱਟਾ ਹੀ ਰਹੀ ਹੈ ਇਸ ਬਾਰੇ ਜਾਣਕਾਰੀ ਜੋਗਿੰਦਰ ਸਿੰਘ ਉਗਰਾਹ ਵੱਲੋਂ ਦਿੱਤੀ ਗਈ ਹੈ ਜ਼ਿਕਰ ਖਾਸ ਹੈ ਕਿ ਕੇਂਦਰ ਨੇ 4 ਮੈਂਬਰੀ ਕਮੇਟੀ ਬਣਾਉਣ ਦੀ ਜਿਹੜੀ ਮੰਗ ਰੱਖੀ ਸੀ ਜਿਹੜੀ ਕਿ ਕਿਸਾਨਾਂ ਨੇ ਠੁਕਰਾ ਦਿੱਤੀ ਹੈ ਕਿਸਾਨ ਯੂਨੀਅਨ ਇਕਤਾ ਉਗਰਾਹਾ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਨੇ ਦੱਸਿਆ ਹੈ ਕਿ ਅੱਜ ਫਿਰ ਮੁੜ ਤੋਂ ਮੀਟਿੰਗ ਜਿਹੜੀ ਹੈ ਬੇਸਿੱਟਾ ਰਹੀ ਹੈ ਕੇਂਦਰ ਨੇ ਅਜੇ ਤੱਕ ਕਾਨੂੰਨ ਰੱਦ ਕਰਨ ਬਾਰੇ ਕੋਈ ਵੀ ਫੈਸਲਾ ਨਹੀਂ ਲਿਆ ਅਤੇ ਦੱਸਣਾ ਲਾਜ਼ਮੀ ਹੋ ਜਾਂਦਾ ਹੈ ਕਿ ਕੇਂਦਰੀ ਮੰਤਰੀਆਂ ਤੇ ਕਿਸਾਨਾਂ ਵਿਚਕਾਰ ਇਹ ਤੀਜੀ ਮੀਟਿੰਗ ਸੀ ਜਿਹੜੀ ਕਿ ਫਿਰ ਮੁੜ ਤੋਂ ਫੇਲ ਸਾਬਿਤ ਹੋਈ ਹੈ ਹੁਣ 3 ਤਾਰੀਖ ਨੂੰ ਇੱਕ ਵਾਰ ਫਿਰ ਮੀਟਿੰਗ ਰੱਖੀ ਗਈ ਹੈ